ਇੱਕ ਸ਼ਖਸ ਦੇ ਵੱਲੋਂ ਗੁਰੂ ਘਰ ਦੀ ਖਿੜਕੀ ਦੇ ਸ਼ੀਸ਼ੇ ਤੋੜੇ ਗਏ ਔਰ ਕੈਮਰੇ ਦੇ ਵਿੱਚ ਭੱਜਦਾ ਨਜ਼ਰ ਆ ਰਿਹਾ। ਸਿੱਖ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਔਰ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਇਸ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਬਠਿੰਡਾ ਦੀ ਇਹ ਵੀਡੀਓ ਹੈ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਖੁੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਇਹ ਸ਼ਖਸ ਕੌਣ ਸੀ ਜਿਸ ਦੇ ਵੱਲੋਂ ਗੁਰੂ ਘਰ ਦੀ ਖਿੜਕੀ ਦੇ ਸ਼ੀਸ਼ੇ ਤੋੜੇ ਗਏ ਨੇ, ਕਿਉਂ ਤੋੜੇ ਗਏ ਔਰ ਕੌਣ ਸੀ ਇਹ। ਤਾਂ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਲੱਗੀ ਹੋਈ ਹੈ। ਤਾਂ ਇੱਕ ਸ਼ਖਸ ਦੇ ਵੱਲੋਂ ਗੁਰੂ ਘਰ ਦੀ ਖਿੜਕੀ ਦੇ ਸ਼ੀਸ਼ੇ ਤੋੜੇ ਗਏ। ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਸ਼ਖਸ ਗਲੀ ਦੇ ਵਿੱਚ ਭੱਜਦਾ ਹੋਇਆ ਨਜ਼ਰ ਆ ਰਿਹਾ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ, ਅਣਪਛਾਤੇ ਖਿਲਾਫ ਮਾਮਲਾ ਵੀ ਦਰਜ ਕੀਤਾ। ਬਠਿੰਡਾ ਦੇ ਗੁਰੂ ਘਰ ਦੀ ਇਹ ਵੀਡੀਓ ਹੈ। ਕੀ ਹੋਇਆ ਆਪ ਇੱਥੇ? ਰਾਜ ਜੀ, ਹੁਣ ਕੈਮਰੇ ਦੇ ਵਿੱਚ ਦੇਖਿਆ ਮੈਨੂੰ, ਸਵੇਰੇ 5 ਵਜੇ ਸੇਵਾਦਾਰ ਨੇ ਫੋਨ ਕਰਕੇ ਘਰੇ ਦੱਸਿਆ ਵੀ ਕੁਛ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਗਿਆ ਜੀ। 5 ਵਜੇ ਸੇਵਾਦਾਰ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿਉਂਕਿ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਗਿਆ। ਕੀ ਲੱਗਦਾ ਹੈ ਕਿਉਂ? ਇਹ ਤਾਂ ਕੋਈ ਪਤਾ ਨਹੀਂ ਜੀ। ਹੁਣ ਕਿਵੇਂ ਪੁਲਿਸ ਆ ਗਈ ਮੌਕੇ ਤੇ? ਹੈ ਜੀ, ਪੁਲਿਸ ਆ ਗਈ। ਪੁਲਿਸ? ਹਾਂ, ਪੁਲਿਸ ਆ ਗਈ ਸੀ ਜੀ। ਪੁਲਿਸ ਬਾਹਰ ਚ ਮੰਗਵਾਈ ਜੀ। ਪੁਲਿਸ 7:15 ਆਈ ਜੀ। ਸੀਸੀਟੀਵੀ ਕੈਮਰੇ ਵਿੱਚ ਆਇਆ ਬੰਦਾ ਉਹ? ਹਾਂਜੀ, ਸੀਸੀਟੀਵੀ ਕੈਮਰੇ ਉਹਨਾਂ ਨੇ ਦੇਖੇ ਤੇ ਹਾਰਡ ਡਿਸਕ ਵੀ ਲਏ ਨੇ ਕੱਢ ਕੇ ਜੀ। ਅੰਦਰ ਤਾਂ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਉਹਨੇ? ਨਾ, ਕੋਈ ਅੰਦਰ ਕੋਈ ਨੁਕਸਾਨ ਨਹੀਂ, ਬਾਹਰੋਂ ਬਾਹਰੋਂ ਬਸ ਸ਼ੀਸ਼ੇ ਤੋੜ ਕੇ ਦੇਖਿਆ ਕੈਮਰੇ ਦੇ ਵਿੱਚ, ਸ਼ੀਸ਼ੇ ਤੋੜ ਕੇ ਭੱਜ ਗਿਆ ਬਸ। ਮੇਰਾ ਨਾਮ ਪਰਮਜੀਤ ਸਿੰਘ ਸੇਖੋਂ, ਪ੍ਰਧਾਨ ਗੁਰਦੁਆਰਾ ਸੰਗਤ ਸਟੇਸ਼ਨ ਬਠਿੰਡਾ। ਕੀ ਹੋਇਆ ਰਾਤ ਨੂੰ? ਰਾਤ ਜੀ ਕਿਸੇ ਅਣਪਛਾਤੇ ਵਿਅਕਤੀ ਦੁਆਰਾ, ਸ਼ਰਾਰਤੀ ਦੁਆਰਾ, ਗੁਰਦੁਆਰਾ ਸਾਹਿਬ ਦੇ ਜੋ ਮੇਨ ਗੇਟ 'ਤੇ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ। ਕਿਸਦੀ ਕੰਪਲੇਂਟ? ਸਿਵਲ ਲਾਈਨ ਥਾਣਾ ਵਿੱਚ ਕਰਤੀ ਹੈ ਅਤੇ ਉਹਨਾਂ ਨੇ ਮੌਕੇ 'ਤੇ ਆ ਕੇ ਜਾਇਜ਼ਾ ਲੈ ਕੇ ਉਹ ਇਹਦੀ ਤਲਾਸ਼ ਕਰ ਰਹੇ ਆ ਕਿ ਕੌਣ ਸੀ। ਕਿੰਨੇ ਕੁ ਵਜੇ ਦਾ ਮਾਮਲਾ ਹੋਇਆ? ਰਾਤ ਲਗਭਗ 12 ਵਜੇ ਦਾ। ਸੀਸੀਟੀਵੀ ਕੈਮਰੇ ਬੰਦਾ ਆ ਗਿਆ? ਹਾਂਜੀ, ਸੀਸੀਟੀਵੀ ਕੈਮਰੇ 'ਚ ਆਇਆ ਬੰਦਾ? ਹਾਂ, ਸੀਡੀ ਉਹ, ਹਾਂਜੀ ਉਹ ਲੈ ਗਏ ਨਾਲ। ਆਉਂਦੇ ਪੁਲਿਸ ਆ ਗਈ ਸੀ? ਹਾਂਜੀ, ਉਹਦੀ ਫੋਟੋ ਹੈਗੀ, ਉਹ ਲੈ ਗਏ ਆ। ਕੋਈ ਅੰਦਰ ਤਾਂ ਨਹੀਂ ਕੋਈ ਨੁਕਸਾਨ ਕੀਤਾ? ਨਾ, ਅੰਦਰ ਕੋਈ ਕੁਛ ਨੁਕਸਾਨ, ਕੱਲੇ ਸ਼ੀਸ਼ਿਆਂ ਦਾ ਹੋਇਆ। ਇੱਕ ਇੰਸੀਡੈਂਟ ਸਾਨੂੰ ਰਿਪੋਰਟ ਹੋਇਆ ਜੀ, ਤੇ ਅਸੀਂ ਮੌਕੇ ਤੇ ਪੁਲਿਸ ਪਾਰਟੀ ਅਸੀਂ ਇਮੀਡੀਏਟਲੀ ਪਹੁੰਚ ਗਈ ਸੀਗੀ। ਇੱਥੇ ਕੀ ਹੈਗਾ ਕਿ ਆਪਣੇ ਗੁਰਦੁਆਰਾ ਸਾਹਿਬ ਆ, ਇਹਨਾਂ ਦੀ ਜਿਹੜੀ ਬਾਹਰਲੀ ਤਰਫ ਰੋਡ ਸਾਈਡ ਤੇ ਸ਼ੀਸ਼ੇ ਆ ਉਹ ਕਿਸੇ ਸ਼ਰਾਰਤੀ ਅੰਸਰ ਵੱਲੋਂ ਤੋੜ ਦਿੱਤੇ ਗਏ ਆ। ਅਸੀਂ ਉਹ ਪ੍ਰੀਲਿਮਨਰੀ ਆਪਾਂ ਚੈੱਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਅਣਪਛਾਤਾ ਬੰਦਾ ਦਿਖਾਈ ਦਿੰਦਾ ਹੈਗਾ ਸੀਸੀਟੀਵੀ ਫੁਟੇਜ। ਉਹ ਆਉਂਦਾ ਬਾਹਰੋਂ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਵਾਪਸ ਭੱਜ ਜਾਂਦਾ ਹੈਗਾ, ਤੇ ਇਸ ਤੇ ਅਸੀਂ ਤੁਰੰਤ ਹੁਣ ਮੁਕੱਦਮਾ ਦਰਜ ਕਰ ਰਹੇ ਹਾਂ ਜੀ, ਤੇ ਦਰਜ ਕਰਕੇ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਹਾਂਜੀ, ਅਸੀਂ ਉਹ ਚੈੱਕ ਕਰ ਰਹੇ, ਸਾਡੀਆਂ ਵੱਖ ਵੱਖ ਪਾਰਟੀਆਂ ਜਿਹੜੀਆਂ ਡਿਪਿਊਟ ਕਰਤੀਆਂ ਹੈਗੀਆਂ, ਜਿਹੜਾ ਆਪਣੇ ਗੁਰਦੁਆਰਾ ਸਾਹਿਬ ਵਿਖੇ ਇੱਕ ਕੈਮਰਾ ਹੈਗਾ ਅਸੀਂ ਉੱਥੇ ਚੈੱਕ ਕੀਤਾ ਹੈਗਾ ਤੇ ਇੱਕ ਮੁੰਡਾ ਦੇਖੋ ਸਾਹਮਣੇ ਬਿਲਕੁਲ ਰੋਡ ਹੈ ਉੱਥੋਂ ਆਉਂਦਾ ਤੇ ਬਾਹਰੋਂ ਸ਼ੀਸ਼ਾ ਕਰੋੜਾ ਮਾਰ ਕੇ ਤੇ ਵਾਪਸ ਹੀ ਉੱਥੋਂ ਹੀ ਭੱਜ ਜਾਂਦਾ ਹੈਗਾ। ਨਹੀਂ, ਅੰਦਰ ਕਿਸੇ ਤਰੀਕੇ ਦੀ ਅੰਦਰ ਜੋ ਫੁਟੇਜ ਤੋਂ ਲੱਗ ਵੀ ਰਿਹਾ ਪ੍ਰਾਈਮਾ ਫਸਾਈ ਤਾਂ ਕਿ ਅੰਦਰ ਜਾਣ ਦੀ ਕੋਈ ਇੰਟੈਂਸ਼ਨ ਉਦਾਂ ਦੀ ਸਾਹਮਣੇ ਆਈ ਨਹੀਂ ਕਿਉਂਕਿ ਉਹ ਗੇਟ ਵੱਲ ਤਾਂ ਗਿਆ ਹੀ ਨਹੀਂਗਾ। ਉਹ ਆਉਂਦਾ ਸ਼ੀਸ਼ੇ ਤੇ ਰੋੜਾ ਮਾਰ ਕੇ ਤੇ ਉੱਥੋਂ ਹੀ ਵਾਪਸ ਚਲਾ ਜਾਂਦਾ। ਕੀ ਲੱਗਦਾ ਉਹਦੀ ਅਸਲ ਦੀ ਮਨਸਾ, ਕੀ ਮਨਸਾ ਉਹਦੀ? ਦੇਖੋ, ਇਸ ਬਾਰੇ ਫਿਲਹਾਲ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਸਾਡੀਆਂ ਪਾਰਟੀ ਅਸੀਂ ਵੱਖ ਵੱਖ ਪਾਰਟੀਆਂ ਅਸੀਂ ਬਣ ਗਈਆਂ ਹੈਗੀਆਂ ਤੇ ਹੁਣ ਤੁਰੰਤ ਗ੍ਰਿਫਤਾਰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਫਿਰ ਸਾਰਾ ਮੈਟਰ ਕਲੀਅਰ ਕਰ ਲਾਂਗੇ ਵੀ ਕਿਉਂ ਹੋਇਆ ਤੇ ਕਿੱਦਾਂ ਹੋਇਆ ਤੇ ਫਿਰ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ।